ਮੇਰੇ ਪਿਆਰਿਓ, ਪ੍ਰਭੂ ਯੇਸੂ ਦੇ ਨਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਪਰਮੇਸ਼ਰ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ, ਇਸੇ ਲਈ ਰੋਜ਼ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਗੱਲ ਕਰਦਾ ਹੈ। ਪ੍ਰਭੂ ਤੁਹਾਨੂੰ ਦੁਨੀਆ ਦੀਆਂ ਚਾਰੇ ਦਿਸ਼ਾਵਾਂ ਵਿਖਾ ਰਿਹਾ ਹੈ। ਜਾਪਾਨ ਦਾ ਇੱਕ ਟੋਕੀਓ ਨਾਮਕ ਸ਼ਹਿਰ ਹੈ ਅਤੇ ਉਸੇ ਸ਼ਹਿਰ ਤੋਂ ਅੱਜ ਮੈਂ ਪ੍ਰਚਾਰ ਕਰ ਰਿਹਾ ਹਾਂ ਅਤੇ ਇਸਦਾ ਕਾਰਨ ਇਹ ਹੈ ਕਿ ਤੁਸੀਂ ਹਮੇਸ਼ਾ ਖੁਸ਼ ਅਤੇ ਆਨੰਦ ਰਹੋ ਅਤੇ ਇਸੇ ਕਰਕੇ ਮੈਂ ਜਗ੍ਹਾ ਜਗ੍ਹਾ ਜਾ ਕੇ ਤਰ੍ਹਾਂ ਤਰ੍ਹਾਂ ਦੇ ਵਾਤਾਵਰਣ 'ਚ ਤੁਹਾਡੇ ਲਈ ਪ੍ਰਚਾਰ ਕਰਦਾ ਹਾਂ। ਤੁਸੀਂ ਇਹੋ ਸੋਚ ਰਹੇ ਹੋ ਨਾ ਕਿ ਪਰਮੇਸ਼ਰ ਨੇ ਅੱਜ ਮੇਰੇ ਲਈ ਕਿਹੜਾ ਵਚਨ ਰੱਖਿਆ ਹੈ, ਤਾਂ ਵੇਖਾਂਗੇ ਜ਼ਬੂਰ 104 ਉਸਦੀ 34 ਆਇਤ। ਇੱਥੇ ਲਿਖਿਆ ਹੈ, ਮੇਰਾ ਧਿਆਨ ਉਹਨੂੰ ਭਾਵੇ, ਮੈਂ ਯਹੋਵਾ ਵਿੱਚ ਮਗਨ ਰਹਾਂਗਾ। ਇੱਥੇ ਕੀ ਲਿਖਿਆ ਹੈ? ਮੇਰਾ ਧਿਆਨ ਕਰਨਾ ਪਰਮੇਸ਼ਰ ਨੂੰ ਭਾਵੇ ਅਤੇ ਮੈਂ ਇਸਦੇ ਕਾਰਨ ਮਗਨ ਹੋਵਾਂਗਾ। ਪ੍ਰਭੂ ਇਹੋ ਚਾਹੁੰਦਾ ਹੈ ਕਿ ਮੇਰੇ ਬੱਚੇ ਹਮੇਸ਼ਾ ਖੁਸ਼ ਅਤੇ ਮਗਨ ਰਹਿਣ। ਜੇਕਰ ਤੁਹਾਡੇ ਪਰਿਵਾਰ ਵਿੱਚ ਵੀ ਬੱਚੇ ਹਨ ਅਤੇ ਜੇ ਉਹ ਹਮੇਸ਼ਾ ਦੁਖੀ ਰਹਿਣ, ਤਾਂ ਕੀ ਤੁਸੀਂ ਆਨੰਦ ਰਹਿ ਸਕੋਗੇ? ਕੀ ਉਹਨਾਂ ਦੇ ਵੱਲ ਵੇਖ ਕੇ ਤੁਹਾਨੂੰ ਖੁਸ਼ੀ ਹੋਵੇਗੀ? ਇਸੇ ਤਰ੍ਹਾਂ ਜੇਕਰ ਤੁਸੀਂ ਦੁਖੀ ਰਹਿੰਦੇ ਹੋ ਤਾਂ ਪ੍ਰਭੂ ਵੀ ਦੁਖੀ ਹੋ ਜਾਂਦਾ ਹੈ ਅਤੇ ਕਹਿੰਦਾ ਹੈ, ਮੇਰੇ ਬੇਟੇ, ਮੇਰੀ ਬੇਟੀ, ਤੇਰੇ ਦਿਲ ਵਿੱਚ ਜੋ ਦੁੱਖ ਹੈ ਉਸਦੀ ਵਜ੍ਹਾ ਕੀ ਹੈ? ਆਨੰਦ ਰਹਿਣ ਲਈ ਅਸੀਂ ਕੀ ਕਰਨਾ ਹੈ? ਪਰਮੇਸ਼ਰ ਦੇ ਉੱਤੇ ਧਿਆਨ ਦੇਣਾ ਹੈ। ਜਦੋਂ ਕਦੇ ਵੀ ਤੁਸੀਂ ਪਰਮੇਸ਼ਰ ਦੇ ਉੱਤੇ ਧਿਆਨ ਕਰਦੇ ਹੋ ਜਾਂ ਉਸ ਬਾਰੇ ਵਿਚਾਰ ਕਰਦੇ ਹੋ ਤਾਂ ਇਹ ਪ੍ਰਭੂ ਨੂੰ ਪਸੰਦ ਆਉਂਦਾ ਹੈ। ਪਰਮੇਸ਼ਰ ਦਾ ਇੱਕ ਭਗਤ ਕਹਿੰਦਾ ਹੈ ਕਿ ਮੈਂ ਤੜਕੇ ਉੱਠ ਕੇ ਪਰਮੇਸ਼ਰ ਉੱਤੇ ਧਿਆਨ ਕਰਾਂਗਾ। ਇਸ ਕਰਕੇ ਤੜਕੇ ਦੇ ਸਮੇਂ ਨੂੰ ਕਦੇ ਵੀ ਤੁੱਛ ਨਹੀਂ ਜਾਣਨਾ ਹੈ। ਉਦਾਹਰਣ ਦੇ ਤੌਰ 'ਤੇ ਅੱਜ ਦੇ ਸਮੇਂ 'ਚ ਸਾਰਿਆਂ ਦੇ ਕੋਲ ਮੋਬਾਈਲ ਫੋਨ ਹੈ ਅਤੇ ਕਈ ਵਾਰ ਪ੍ਰਾਰਥਨਾ ਕਰਨ ਤੋਂ ਅਤੇ ਬਾਈਬਲ ਪੜ੍ਹਨ ਤੋਂ ਬਾਅਦ ਅਸੀਂ ਤੁਰੰਤ ਆਪਣਾ ਫੋਨ ਕੱਢ ਕੇ ਵੇਖਦੇ ਹਾਂ ਕਿ ਕੋਈ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ ਉਸਦਾ ਕੋਈ ਸੰਦੇਸ਼ ਜਾਂ ਮੈਸੇਜ ਤਾਂ ਨਹੀਂ ਆਇਆ। ਜੇਕਰ ਤੁਹਾਡਾ ਪਤੀ ਵਿਦੇਸ਼ ਵਿੱਚ ਹੈ ਜਾਂ ਪਤਨੀ ਵਿਦੇਸ਼ ਵਿੱਚ ਹੈ, ਬੱਚੇ ਵਿਦੇਸ਼ ਵਿੱਚ ਹਨ, ਜੋ ਵੀ ਆਪਣੇ ਹਨ, ਤੁਰੰਤ ਵੇਖਦੇ ਹਾਂ ਕਿ ਉਹਨਾਂ ਦਾ ਕੋਈ ਸੰਦੇਸ਼ ਤਾਂ ਨਹੀਂ ਆਇਆ। ਕਿਉਂਕਿ ਜਦੋਂ ਕਿਸੇ ਆਪਣੇ ਦਾ ਸੰਦੇਸ਼ ਆਉਂਦਾ ਹੈ ਤਾਂ ਮਨ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਕਿ ਹਾਂ, ਉਸਨੇ ਮੇਰੇ ਨਾਲ ਗੱਲ ਕੀਤੀ ਅਤੇ ਮੈਨੂੰ ਸੰਦੇਸ਼ ਭੇਜਿਆ ਹੈ। ਅਤੇ ਜੇਕਰ ਉਹਨਾਂ ਦਾ ਸੰਦੇਸ਼ ਨਹੀਂ ਆਉਂਦਾ ਤਾਂ ਮਨ ਉਦਾਸ ਹੋ ਜਾਂਦਾ ਹੈ। ਮੇਰੇ ਬੱਚਿਆਂ ਨੇ ਸੰਦੇਸ਼ ਕਿਉਂ ਨਹੀਂ ਭੇਜਿਆ, ਮੇਰੀ ਪਤਨੀ ਦਾ ਸੰਦੇਸ਼ ਨਹੀਂ ਆਇਆ ਜਾਂ ਪਤੀ ਦਾ ਸੰਦੇਸ਼ ਕਿਉਂ ਨਹੀਂ ਆਇਆ, ਤੇ ਅਸੀਂ ਸੋਚਦੇ ਹਾਂ ਕਿ ਕੁਝ ਗੜਬੜ ਹੈ ਅਤੇ ਸਾਡਾ ਦਿਲ ਘਬਰਾ ਜਾਂਦਾ ਹੈ। ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਜਾਂ ਜੋ ਤੁਹਾਡੇ ਬਹੁਤ ਹੀ ਨੇੜੇ ਹਨ, ਉਹਨਾਂ ਤੋਂ ਜੇਕਰ ਕੋਈ ਸੰਦੇਸ਼ ਨਹੀਂ ਆਉਂਦਾ, ਕੋਈ ਮੈਸੇਜ ਨਹੀਂ ਆਉਂਦਾ, ਤਾਂ ਤੁਸੀਂ ਬਹੁਤ ਘਬਰਾ ਜਾਂਦੇ ਹੋ, ਬੇਚੈਨ ਅਤੇ ਉਦਾਸ ਹੋ ਜਾਂਦੇ ਹੋ। ਸਵੇਰੇ ਸਵੇਰ ਉਹਨਾਂ ਤੋਂ ਇੱਕ ਸੰਦੇਸ਼ ਨੂੰ ਸੁਣ ਕੇ ਹੀ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਆਤਮਾ ਨੂੰ ਪਿਆਰ ਕਰਨ ਵਾਲਾ ਹੈ ਯੇਸੂ, ਮਤਲਬ ਲਵਰ ਆਫ ਆਵਰ ਸੋਲਸ। ਇਸ ਲਈ ਯੇਸੂ ਸਾਡਾ ਆਤਮਿਕ ਨਾਇਕ ਹੈ ਅਤੇ ਉਹ ਸਾਡਾ ਪ੍ਰੇਮੀ ਹੈ। ਸਵੇਰੇ ਉੱਠਣ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਪਰਮੇਸ਼ਰ ਵੱਲੋਂ ਕੋਈ ਸੰਦੇਸ਼ ਨਹੀਂ ਮਿਲਦਾ, ਦਿਲ ਵਿੱਚ ਕੋਈ ਖੁਸ਼ੀ ਨਹੀਂ ਹੁੰਦੀ, ਅਤੇ ਜਦੋਂ ਉਸ ਤੋਂ ਸੰਦੇਸ਼ ਮਿਲ ਜਾਂਦਾ ਹੈ ਤਾਂ ਮਨ ਬਹੁਤ ਆਨੰਦਿਤ ਹੋ ਜਾਂਦਾ ਹੈ। ਸਵੇਰੇ ਉੱਠ ਕੇ ਪਰਮੇਸ਼ਰ 'ਤੇ ਧਿਆਨ ਕਰਨਾ ਉਸਨੂੰ ਪਸੰਦ ਆਉਂਦਾ ਹੈ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਪ੍ਰਾਰਥਨਾ ਕਰਨਾ ਬਹੁਤ ਔਖਾ ਲੱਗਦਾ ਹੈ, ਲੇਕਿਨ ਜੇ ਸੱਚਮੁੱਚ ਦਿਲ ਦੀ ਗਹਿਰਾਈ ਤੋਂ ਤੁਸੀਂ ਪਰਮੇਸ਼ਰ ਦੇ ਨਾਲ ਸੰਗਤੀ ਰੱਖੋਗੇ ਤਾਂ ਉਹ ਜਿਹੜਾ ਅਨੁਭਵ ਹੈ ਬਹੁਤ ਸੁਖਦ ਅਨੁਭਵ ਹੈ। ਮੈਂ ਜਦੋਂ ਹਰ ਸਵੇਰੇ ਤੜਕੇ ਉੱਠ ਕੇ ਪਰਮੇਸ਼ਰ ਦੇ ਚਰਨਾਂ 'ਚ ਆਉਂਦਾ ਹਾਂ, ਪਰਮੇਸ਼ਰ ਯੇਸੂ ਦੇ ਨਾਲ ਸੰਗਤੀ ਕਰਦਾ ਹਾਂ ਅਤੇ ਪਰਮੇਸ਼ਰ ਦੀ ਵੱਲੋਂ ਉਸਦਾ ਸੰਦੇਸ਼ ਮੈਨੂੰ ਪ੍ਰਾਪਤ ਹੁੰਦਾ ਹੈ, ਤਾਂ ਮੇਰੇ ਦਿਲ 'ਚ ਬਹੁਤ ਖੁਸ਼ੀ ਅਤੇ ਆਨੰਦ ਮਿਲਦਾ ਹੈ। ਪਰਮੇਸ਼ਰ ਨੇ ਸਾਡੇ ਵਾਸਤੇ ਜਿਹੜੇ ਵੱਡੇ ਵੱਡੇ ਅਤੇ ਸਮਰਥੀ ਕੰਮ ਕੀਤੇ ਹਨ, ਉਹਨਾਂ ਨੂੰ
ਯਾਦ ਕਰਕੇ ਜਦੋਂ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਜੀਵਨ 'ਚ ਕੀਤੇ ਉਸਦੇ ਅਚਰਜ ਕੰਮਾਂ ਤੇ ਧਿਆਨ ਕਰਦੇ ਹਾਂ ਤਾਂ ਅੱਖਾਂ 'ਚੋਂ ਅਥਰੂ ਨਿਕਲ ਆਉਂਦੇ ਹਨ ਤੇ ਤੁਹਾਡੇ ਮੂੰਹੋਂ ਆਪਣੇ ਆਪ ਨਿਕਲੇਗਾ, ਮੇਰਾ ਪਿਆਰਾ ਯੇਸੂ, ਤੇ ਤੁਹਾਡੀਆਂ ਅੱਖਾਂ 'ਚੋਂ ਆਪਣੇ ਆਪ ਅਥਰੂ ਨਿਕਲ ਆਉਣਗੇ। ਅਤੇ ਇਹੋ ਹੈ ਜਿਸ ਨੂੰ ਪਰਮੇਸ਼ਰ ਦੀ ਹਜ਼ੂਰੀ ਕਹਿੰਦੇ ਹਨ, ਇਸੇ ਨੂੰ ਪਰਮੇਸ਼ਰ ਦੀ ਸਮਰੱਥਾ ਕਹਿੰਦੇ ਹਨ ਤੇ ਇਸ ਤੇ ਧਿਆਨ ਕਰਨਾ ਉਸਨੂੰ ਪਸੰਦ ਆਉਂਦਾ ਹੈ। ਸਵੇਰੇ ਤੜਕੇ ਉੱਠ ਕੇ ਜੇਕਰ ਤੁਸੀਂ ਪਰਮੇਸ਼ਰ ਉੱਤੇ ਧਿਆਨ ਕਰੋਗੇ ਅਤੇ ਤੜਕੇ ਉੱਠ ਕੇ ਪਰਮੇਸ਼ਰ ਦੀ ਹਜ਼ੂਰੀ 'ਚ ਬੈਠੋਗੇ ਤਾਂ ਤੁਸੀਂ ਵੇਖੋਗੇ ਕਿ ਸਾਰਾ ਦਿਨ ਤੁਹਾਡਾ ਦਿਲ ਆਨੰਦਿਤ ਰਹੇਗਾ, ਮਨ ਆਨੰਦ ਨਾਲ ਭਰਿਆ ਰਹੇਗਾ। ਇਹੋ ਮੇਰਾ ਤਜਰਬਾ ਹੈ ਤੇ ਸਾਰਿਆਂ ਦਾ ਇਹੋ ਤਜਰਬਾ ਹੈ। ਸੋ ਪਰਮੇਸ਼ਰ ਲਈ ਸਮਾਂ ਦੇਣਾ ਹੈ। ਜੇਕਰ ਤੁਸੀਂ ਆਪਣੇ ਜੀਵਨ ਦੀ ਜਾਂਚ ਕਰਕੇ ਵੇਖੋ ਤਾਂ ਤੁਸੀਂ ਪਾਓਗੇ ਜਿਸ ਦਿਨ ਤੁਸੀਂ ਤੜਕੇ ਉੱਠ ਕੇ ਪ੍ਰਾਰਥਨਾ ਕੀਤੀ ਤਾਂ ਉਸ ਦਿਨ ਤੁਸੀਂ ਬਹੁਤ ਆਨੰਦਿਤ ਰਹੇ ਅਤੇ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕੀਤਾ। ਲੇਕਿਨ ਜੇਕਰ ਤੁਸੀਂ ਤੜਕੇ ਉੱਠ ਕੇ ਪ੍ਰਾਰਥਨਾ ਨਹੀਂ ਕੀਤੀ, ਆਪਣੇ ਕੰਮਾਂ 'ਚ ਲੱਗ ਗਏ ਜਾਂ ਫਿਰ ਬਾਹਰ ਨਿਕਲ ਗਏ, ਤਾਂ ਉਸ ਸਾਰੇ ਦਿਨ ਤੁਸੀਂ ਬਹੁਤ ਬੇਚੈਨ ਰਹੋਗੇ, ਪਰੇਸ਼ਾਨ ਰਹੋਗੇ ਤੇ ਤੁਹਾਡੇ ਮਨ ਵਿੱਚ ਚਿੜ ਹੋਵੇਗੀ, ਗੁੱਸਾ ਆਵੇਗਾ, ਲੜੋਗੇ। ਇਸ ਤਰ੍ਹਾਂ ਦੀਆਂ ਗੱਲਾਂ ਦਾ ਤੁਸੀਂ ਸਾਹਮਣਾ ਕਰੋਗੇ। ਇਸੇ ਲਈ ਮੈਂ ਕਹਿੰਦਾ ਹਾਂ ਕਿ ਤੜਕੇ ਉੱਠ ਕੇ ਪਰਮੇਸ਼ਰ ਦੀ ਹਜ਼ੂਰੀ 'ਚ ਆਉਣਾ ਜ਼ਰੂਰੀ ਹੈ, ਕਿਉਂਕਿ ਜੇ ਆਪਣਾ ਪਹਿਲਾ ਸਮਾਂ ਪਰਮੇਸ਼ਰ ਨੂੰ ਦਿਓਗੇ ਤਾਂ ਤੁਹਾਡਾ ਜੀਵਨ ਆਨੰਦਿਤ ਰਹੇਗਾ। ਤੇ ਕਈ ਲੋਕਾਂ ਦੀ ਆਦਤ ਇਹ ਹੁੰਦੀ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹ ਕੀ ਲੱਭਦੇ ਹਨ, ਸਭ ਤੋਂ ਪਹਿਲਾਂ ਉਹਨਾਂ ਨੂੰ ਚਾਹ ਚਾਹੀਦੀ ਹੈ। ਕੁਝ ਲੋਕਾਂ ਨੂੰ ਚਾਹ ਪੀਣ ਦੀ ਆਦਤ ਹੈ, ਕੋਈ ਗੱਲ ਨਹੀਂ। ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹਨਾਂ ਨੂੰ ਸਵੇਰੇ ਚਾਹ ਚਾਹੀਦੀ ਹੀ ਹੈ। ਕਿਸੇ ਵੀ ਦੇਸ਼ ਵਿੱਚ ਜਾਣ, ਚਾਹ ਦੀ ਦੁਕਾਨ ਲੱਭ ਕੇ ਉਹ ਚਾਹ ਜ਼ਰੂਰ ਪੀਣਗੇ। ਮਤਲਬ ਇਸ ਦੀ ਆਦਤ ਹੈ ਤੇ ਉਹ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਇਸੇ ਤਰ੍ਹਾਂ ਕੁਝ ਲੋਕ ਹਨ ਜਿਨ੍ਹਾਂ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਹੁੰਦੀ ਹੈ, ਜੀਵਨ 'ਚ ਕੋਈ ਨਾ ਕੋਈ ਆਦਤ ਬਣਾ ਕੇ ਰੱਖੀ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਸਵੇਰੇ ਉੱਠ ਕੇ ਧਿਆਨ ਕਰਨ ਦੀ ਆਦਤ ਨੂੰ ਅਪਣਾਓਗੇ ਤਾਂ ਇਹ ਰੋਜ਼ਾਨਾ ਦੀ ਆਦਤ ਬਣ ਜਾਏਗੀ ਤੇ ਤੁਸੀਂ ਆਪਣੇ ਆਪ ਕਹੋਗੇ ਕਿ ਮੈਂ ਤੜਕੇ ਉੱਠਣਾ ਹੈ, ਮੈਂ ਪਰਮੇਸ਼ਰ ਦੇ ਚਰਨਾਂ ਵਿੱਚ ਬੈਠਣਾ ਹੈ, ਪਰਮੇਸ਼ਰ ਦੇ ਵਚਨਾਂ ਦਾ ਅਧਿਐਨ ਕਰਨਾ ਹੈ, ਮਨਨ ਕਰਨਾ ਹੈ। ਇਸ ਲਈ ਹਰ ਦਿਨ ਪਰਮੇਸ਼ਰ ਦੇ ਚਰਨਾਂ ਵਿੱਚ ਆ ਕੇ ਉਸ ਅਨੁਭਵ ਨੂੰ ਪ੍ਰਾਪਤ ਕਰਨਾ ਸਿੱਖਣਾ ਹੈ। ਕੀ ਅੱਜ ਤੁਸੀਂ ਪਰਮੇਸ਼ਰ ਦੇ ਵਚਨ ਦਾ ਅਧਿਐਨ ਕੀਤਾ ਹੈ? ਜੇਕਰ ਨਹੀਂ ਤਾਂ ਅੱਜ ਕਿਸੇ ਇਕਾਂਤ ਜਗ੍ਹਾ ਤੇ ਜ਼ਰੂਰ ਜਾਣਾ ਹੈ ਤੇ ਉੱਥੇ ਜਾ ਕੇ ਪਰਮੇਸ਼ਰ ਦੇ ਪ੍ਰੇਮ ਦੇ ਉੱਤੇ ਤੁਸੀਂ ਧਿਆਨ ਕਰਨਾ ਹੈ ਅਤੇ ਕਹਿਣਾ ਹੈ, ਹੇ ਪ੍ਰਭੂ, ਮੇਰੇ ਜੀਵਨ ਵਿੱਚ ਤੂੰ ਵੱਡੇ ਵੱਡੇ ਕੰਮ ਕੀਤੇ ਹਨ, ਬਹੁਤ ਅਚਰਜ ਕੰਮ ਕੀਤੇ ਹਨ, ਦਿਲ ਦੀ ਗਹਿਰਾਈ ਤੋਂ ਤੇਰਾ ਧੰਨਵਾਦ ਕਰਦਾ ਹਾਂ। ਜਦੋਂ ਇਸ ਤਰ੍ਹਾਂ ਕਹੋਗੇ ਤਾਂ ਦਿਲ ਦਾ ਬੋਝ ਬਿਲਕੁਲ ਹਲਕਾ ਹੋ ਜਾਏਗਾ। ਸੋ ਅੱਜ ਪਰਮੇਸ਼ਰ ਨੂੰ ਕਹਾਂਗੇ, ਹੇ ਪਰਮੇਸ਼ਰ, ਮੈਂ ਬੇਨਤੀ ਕਰਦਾ ਹਾਂ, ਹੇ ਪ੍ਰਭੂ, ਸਵੇਰੇ ਤੜਕੇ ਉੱਠ ਕੇ ਮੈਂ ਹਰ ਦਿਨ ਤੇਰੇ ਚਰਨਾਂ ਵਿੱਚ ਬੈਠ ਸਕਾਂ। ਪ੍ਰਭੂ, ਹਰ ਦਿਨ ਮੈਂ ਤੇਰੀ ਵੇਦੀ ਕੋਲ ਆ ਕੇ ਤੇਰੇ ਸਾਹਮਣੇ ਬੇਨਤੀ ਕਰ ਸਕਾਂ ਤੇ ਤੇਰੇ ਵਚਨ ਵਿੱਚੋਂ ਤਸੱਲੀ ਪ੍ਰਾਪਤ ਕਰ ਸਕਾਂ ਤੇ ਇਸ ਆਦਤ ਨੂੰ ਸਿੱਖ ਸਕਾਂ ਤੇ ਇਸ ਦੇ ਲਈ ਅੱਜ ਤੂੰ ਮੇਰੀ ਮਦਦ ਕਰ ਪ੍ਰਭੂ। ਯੇਸੂ ਦੇ ਨਾਮ ਵਿੱਚ ਆਮੀਨ, ਆਮੀਨ।